ਪਿਛਲੇ 50 ਸਾਲ ਕਿਵੇਂ ਬਰਾਤਾਂ ਚੜ੍ਹਦੀਆਂ ਸਨ ਤੇ ਕਿਵੇਂ ਬੈਂਡ ਵਾਜੇ ਵਾਲਿਆਂ ਦਾ ਸ਼ਗਨ ਵਿਹਾਰ ਕਰਕੇ ਉਹਨਾਂ ਨੂੰ ਇੱਕ ਦੋ ਦਿਨ ਪਹਿਲਾਂ ਘਰ ਸੱਦਿਆ ਜਾਂਦਾ ਸੀ ਤੇ ਤੇਲ ਚੋ ਕੇ 125 ਜਿਹੜਾ ਸ਼ਗਨ ਦਿੱਤਾ ਜਾਂਦਾ ਸੀ ਤੇ ਬੜੀ ਇੱਕ ਮਾਣ ਵਾਲੀ ਗੱਲ ਹੁੰਦੀ ਸੀ ਕਿਉਂਕਿ ਇਹ ਇੱਕ ਪੰਜਾਬ ਦਾ ਸੱਭਿਆਚਾਰ ਦਾ ਇੱਕ ਉਹ ਅੰਗ ਸੀ ਜਿਹਦੇ ਬਿਨਾਂ ਕੋਈ ਵਿਆਹ ਸ਼ਾਦੀ ਜਿਹੜੀ ਆ ਨੇਪਰੇ ਨਹੀਂ ਚੜ੍ਹ ਸਕਦੀ ਕਿਉਂਕਿ ਉਸ ਸਮੇਂ ਦਿਹਾੜੀ ਵੀ ਜਿਹੜੀ 2 ਰੁਪਏ ਹੁੰਦੀ ਸੀ 10 ਰੁਪਏ ਹੁੰਦੀ ਸੀ ਅੱਜ 11 ਮਿਲਦੇ ਨੇ ਪਰ ਫਿਰ ਵੀ ਕਾਰੀਗਰਾਂ ਦਾ ਹਾਲਾਤ ਬੁਰੇ ਨੇ ਨਾ ਤਾਂ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਸੱਭਿਆਚਾਰ ਸਾਂਭ ਕੇ ਰੱਖਿਆ ਲੋਕ ਪਿਆਰ ਕਰਦੇ ਹਰ ਵਿਆਹ ਸ਼ਾਦੀ ਦੇ ਵਿੱਚ ਹਰ ਨਗਰ ਕੀਰਤਨ ਦੇ ਵਿੱਚ ਹਰ ਜਗ੍ਹਾ 'ਤੇ ਇਹ ਚੀਜ਼ ਦੀ ਬੜੀ ਮਹੱਤਤਾ ਹੁੰਦੀ ਕਿਉਂਕਿ ਇਹ ਜਿਹੜਾ ਬੈਂਡ ਸੀ ਇਹ ਰਾਗਦਾਰੀ ਦੇ ਵਿੱਚ ਚੱਲਦਾ ਸੀ ਮੈਂ ਸਾਹਿਬ ਜੀ ਇਸ ਲਾਈਨ ਦੇ ਵਿੱਚ 1975 ਦੇ ਵਿੱਚ ਛੋਟੇ ਮੰਦਰ ਪੜ੍ਹਦਾ ਹੁੰਦਾ ਸਕੂਲ ਦੇ ਵਿੱਚ ਉਸ ਟਾਈਮ ਸਾਡੇ ਉਸਤਾਦ ਨੇ ਸਾਨੂੰ ਦਿਹਾੜੀ 'ਤੇ ਲੈ ਜਾਣਾ ਦਿਹਾੜੀ ਉਸ ਟਾਈਮ ਸਾਨੂੰ ਦਿੰਦੇ ਹੁੰਦੇ 2 ਰੁਪਈਏ ਅਤੇ ਸ਼ਹਿਰ ਦਾ ਫੇਰਾ ਹੁੰਦਾ 50 ਰੁਪਈਏ ਜੋ ਬਰਾਤ ਚੜ੍ਹਾਉਣੀ ਦੇ ਉਹ ਟਾਈਮ ਦੇ ਵਿੱਚ ਸਾਨੂੰ ਸਕੂਲੋਂ ਲੈ ਆਉਣਾ ਉਸਤਾਦ ਨੇ ਛੁੱਟੀ ਕਰਾ ਕੇ ਅਤੇ ਅਸੀਂ ਆਪਣੇ ਢੰਗ ਦੇ ਨਾਲ ਵੀ ਘਰਦਿਆਂ ਨੂੰ ਦੱਸਣ ਤੋਂ ਬਗੈਰ ਹੀ ਇਸ ਕੰਮ 'ਚ ਪੈ ਗਏ 2 ਰੁਪਈਏ ਦਿਹਾੜੀ ਮਿਲਣੀ ਪਰ 2 ਰੁਪਈਏ ਦਿਹਾੜੀ ਦੇ ਵਿੱਚ ਵੀ ਬੜਾ ਸਿਦਕ ਹੁੰਦਾ ਸੀ ਪਹਿਲੇ ਨੰਬਰ 'ਤੇ ਤਾਂ ਸਾਡਾ ਬੈਂਡ ਦਾ ਜਿਹੜਾ ਇਹਨਾਂ ਨੇ ਸਾਰਾ ਸਿਸਟਮ ਹੀ ਬਦਲ ਦਿੱਤਾ ਅੱਜ ਕੱਲ੍ਹ ਵੇਖੋ ਮਲਵਈ ਗਿੱਧਾ ਹੁੰਦਾ ਜਾਂ ਫੌਜੀ ਬੈਂਡ ਆਉਂਦਾ ਉਹਨਾਂ ਚੀਜ਼ਾਂ ਨੂੰ ਸਿਰਫ ਉਹਨਾਂ ਵਿੱਚ ਹੀ ਕਹਿੰਦੇ ਬਾਜੀ ਉਹ ਤੁਰਨ ਲੱਗਣਾ ਉਦੋਂ ਹੀ ਵਜਾਉਣਾ ਬਾਜੀ ਬੰਦ ਕਰ ਦਿਉ ਜਾਂ ਤੁਸੀਂ ਹੱਪ ਪਾਈਏ ਕਿਉਂਕਿ ਥੋੜ੍ਹਾ ਜਿਹਾ ਲੋਕਾਂ ਦਾ ਝੁਕਾਅ ਹੀ ਇੰਨਾ ਹੋ ਗਿਆ ਮਲਵਈ ਗਿੱਧੇ ਵੱਲ ਅਤੇ ਫੌਜੀ ਬੈਂਡ ਵੱਲ ਪਰ ਜਿਹੜਾ ਮਲਵਈ ਫੌਜੀ ਬੈਂਡ ਤਾਂ ਚਲੋ ਫਿਰ ਵੀ ਠੀਕ ਆ ਮਲਵਈ ਗਿੱਧਾ ਜਿਹੜਾ ਨਾ ਉਹ ਘਰ ਦੇ ਹਿਸਾਬ ਨਾਲ ਸੋਚੀਏ ਤਾਂ ਜਿਸ ਤਰ੍ਹਾਂ ਧੀਆਂ ਭੈਣਾਂ ਨੇ ਪਰਿਵਾਰਕ ਲੇਡੀਜ਼ ਨੇ ਨੱਚਣਾ ਹੁੰਦਾ ਉਹ ਸੁਰ ਸਵਾਦ ਨਹੀਂ ਹੁੰਦਾ ਉਹਦੇ ਵਿੱਚ ਸੱਭਿਆਚਾਰ ਵਿਗਾੜਿਆ ਕਿੰਨੇ ਅਤੇ ਗੈਪ ਕਿਵੇਂ ਹੋ ਗਿਆ ਸੱਭਿਆਚਾਰਕ ਤਾਂ ਸਾਰੇ ਆਪਾਂ ਰਲ ਮਿਲ ਕੇ ਵਿਗਾੜਿਆ ਵਾ ਆਪਾਂ ਇੱਕ ਦੂਜੇ ਨੇ ਮਤਲਬ ਕਿ ਇੱਕ ਨੇ ਲੈਣ ਦਾ ਮਲਵਈ ਕਿੱਦਾਂ ਦੂਜਾ ਕਹਿੰਦਾ ਮੈਂ ਵੀ ਉਹ ਚੀਜ਼ ਲਿਆਉਣੀ ਤੀਜਾ ਕਹਿੰਦਾ ਮੈਂ ਵੀ ਉਹ ਚੀਜ਼ ਲਿਆਉਣੀ ਇਹ ਜਿਹੜੀ ਚੀਜ਼ ਹੈ ਨਾ ਇਹ ਬਰਾਸ ਬੈਂਡ ਇਹਦੇ ਵੱਲ ਧਿਆਨ ਨਾਲ ਇਹ ਚੀਜ਼ ਜਿਹੜੀ ਉਸ ਟਾਈਮ ਦੇ ਵਿੱਚ ਵੱਧ ਤੋਂ ਵੱਧ 200 ਰੁਪਈਏ ਦੀ ਆਉਂਦੀ ਅੱਜ ਇਹ ਚੀਜ਼ ਜਿਹੜੀ 5-7-10 ਹਜ਼ਾਰ ਰੁਪਈਏ ਦੀ ਆ ਇਹ ਚੀਜ਼ ਮੇਰੇ ਕੋਲ 200 ਬੰਦੇ ਦਾ ਸਮਾਨ ਹੀ ਕੰਮ ਨਾ ਹੋਣ ਕਰਕੇ ਬੇਰੁਜ਼ਗਾਰੀ ਹੋਈ ਪਈ ਆ ਮਤਲਬ ਕਿ ਇਹ ਸਿਸਟਮ ਵਿਗੜਿਆ ਪਿਆ ਵੀ ਸਾਡਾ ਜਿਹੜਾ ਕੰਮ ਨਹੀਂ ਹੈਗਾ ਹੁਣ ਇਹਨਾਂ ਚੀਜ਼ਾਂ ਨੂੰ ਜੰਗਾਲ ਪੈਣ ਡਿਆ ਉਸ ਟਾਈਮ 'ਤੇ ਜਿਹੜੀ ਯੂਨੀਫਾਰਮ ਸਾਡੀ ਬਣਦੀ ਹੁੰਦੀ 100-150 ਰੁਪਈਏ ਦੀ ਬਣਦੀ ਹੁੰਦੀ ਅੱਜ ਯੂਨੀਫਾਰਮ ਜਿਹੜੀ 1 ਬੰਦੇ ਦੀ 2000 ਦੀ ਬਣਦੀ 2000 ਦੀ ਬਣਾ ਬਣਾਉਣੀ ਤਾਂ ਪੈਂਦੀ ਦੁਕਾਨਦਾਰੀ ਵਾਸਤੇ ਪਰ ਕੰਮ ਨਹੀਂ ਹੈਗਾ ਉਹ ਗੱਲਾਂ ਨਹੀਂ ਹੈਗੀਆਂ ਚਾਵਾਂ ਦੇ ਨਾਲ ਲੋਕਾਂ ਨੇ ਸਾਨੂੰ ਸੱਦਣਾ ਬਹੁਤ ਵਧੀਆ ਬੜਾ ਪਿਆਰ ਬੜਾ ਮਿਲਾ ਜੁਲਾ ਹੰਗਾਰਾ ਮਿਲਦਾ ਬਹੁਤ ਇਸ ਬੈਂਡ ਨੂੰ ਪਿਆਰ ਕਰਦੇ ਲੋਕ ਕਿਉਂਕਿ ਇਹ ਬੈਂਡ ਦੇ ਵਿੱਚ ਇੱਕ ਰਾਗਦਾਰੀ ਇਹਦੇ ਵਿੱਚ ਇੱਕ ਗੀਤ ਸੁਣਨ ਦਾ ਵੀ ਮਜ਼ਾ ਆਉਂਦਾ ਸੀ ਦੂਰੋਂ ਦੂਰੋਂ ਮੰਨ ਲਓ ਇੱਕ ਆਪਾਂ ਇੱਕ ਘਰ ਦੇ ਗਾੜੀ ਵਜਾਉਣ ਡੇ ਪੂਰਾ ਪਿੰਡ ਬਾਹਰ ਖਲੋਤਾ ਹੁੰਦਾ ਸੀ ਸੁਣਨ ਦੇ ਵਿੱਚ ਹੀ ਪੰਜਾਬੀ ਗੀਤ ਹਿੰਦੀ ਗੀਤ ਹਰ ਤਰ੍ਹਾਂ ਦਾ ਗੀਤ ਇਹਦੇ ਵਿੱਚ ਕੋਈ ਮਾੜਾ ਗੀਤ ਨਹੀਂ ਵੱਜਦਾ ਹੁੰਦਾ ਜੀ ਇਹ ਬਹੁਤ ਵਧੀਆ ਚੀਜ਼ ਸੀ ਉਹ ਚੀਜ਼ਾਂ ਵਾਕਈ ਯਾਦ ਕਰਨ ਵਾਲੀਆਂ ਸੀਗੀਆਂ ਅੱਜ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਤਰਨ ਤਾਰਨ ਸ਼ਹਿਰ ਦੇ ਵਿੱਚ ਖੜੇ ਹਾਂ ਅਤੇ ਅੱਜ ਗੱਲ ਕਰਾਂਗੇ 50 ਸਾਲ ਪੰਜਾਬ ਦੇ ਸੱਭਿਆਚਾਰ ਦੀ ਕਿਉਂਕਿ ਪਿਛਲੇ 50 ਸਾਲ ਕਿਵੇਂ ਬਰਾਤਾਂ ਚੜ੍ਹਦੀਆਂ ਸਨ ਅਤੇ ਕਿਵੇਂ ਬੈਂਡ ਵਾਜੇ ਵਾਲਿਆਂ ਦਾ ਸ਼ਗਨ ਵਿਹਾਰ ਕਰਕੇ ਉਹਨਾਂ ਨੂੰ ਇੱਕ ਦੋ ਦਿਨ ਪਹਿਲਾਂ ਘਰ ਸੱਦਿਆ ਜਾਂਦਾ ਸੀ ਅਤੇ ਤੇਲ ਚੋ ਕੇ 125 ਜਿਹੜਾ ਸ਼ਗਨ ਦਿੱਤਾ ਜਾਂਦਾ ਸੀ ਅਤੇ ਬੜੀ ਇੱਕ ਮਾਣ ਵਾਲੀ ਗੱਲ ਹੁੰਦੀ ਸੀ ਕਿਉਂਕਿ ਇਹ ਇੱਕ ਪੰਜਾਬ ਦਾ ਸੱਭਿਆਚਾਰ ਦਾ ਇੱਕ ਉਹ ਅੰਗ ਸੀ ਜਿਹਦੇ ਬਿਨਾਂ ਕੋਈ ਵਿਆਹ ਸ਼ਾਦੀ ਜਿਹੜੀ ਆ ਨੇਪਰੇ ਨਹੀਂ ਚੜ੍ਹ ਸਕਦੀ ਕੋਈ ਨਗਰ ਕੀਰਤਨ ਹੋਵੇ ਉਦੋਂ ਵੀ ਬੈਂਡ ਵਾਜੇ ਖੜੇ ਜਾਂਦੇ ਸਨ ਜਦੋਂ ਕਿਸੇ ਕੋਈ ਲੀਡਰ ਕੋਈ MLA ਬਣਦਾ ਸੀ ਤਾਂ ਉਦੋਂ ਵੀ ਇਹ ਬੈਂਡ ਵਾਜੇ ਵਜਾਏ ਜਾਂਦੇ ਸਨ ਪਰ ਹੌਲੀ ਹੌਲੀ ਇਹ ਰੀਤੀ ਰਿਵਾਜ਼ ਕਿਉਂ ਗਾਇਬ ਹੋ ਗਿਆ ਕਿਉਂਕਿ ਉਸ ਸਮੇਂ ਦਿਹਾੜੀ ਵੀ ਜਿਹੜੀ 2 ਰੁਪਈਏ ਹੁੰਦੀ ਸੀ 10 ਰੁਪਈਏ ਹੁੰਦੀ ਸੀ ਅੱਜ 11 ਮਿਲਦੇ ਨੇ ਪਰ ਫਿਰ ਵੀ ਕਾਰੀਗਰਾਂ ਦਾ ਹਾਲਾਤ ਬੁਰੇ ਨੇ ਨਾ ਤਾਂ ਸੱਭਿਆਚਾਰ ਨੇ ਸਾਂਭੀ ਇਹ ਗੱਲ ਨਾ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਸੱਭਿਆਚਾਰ ਸਾਂਭ ਕੇ ਰੱਖਿਆ ਅੱਜ ਸਾਡੇ ਲੋਕ ਕੀ ਕਰਦੇ ਆ ਕਿ ਮਲਵਈ ਗਿੱਧੇ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਨਚਾਉਂਦੇ ਆ ਨਾ ਤਾਂ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਕਿਹੜੇ ਰਾਗ ਦੇ ਵਿੱਚ ਗਾ ਰਹੇ ਆ ਕਿਹੜਾ ਗੀਤ ਗਾ ਰਹੇ ਆ ਬੈਂਡ ਵਾਜੇ ਵਾਲਿਆਂ ਮਾਸਟਰ ਜਿਹੜਾ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਕਿ ਇਸ ਗਾਣੇ ਦੀ ਜਿਹੜੀ ਧੁਨ ਆ ਸਾਨੂੰ ਸੁਣਾਈ ਜਾਵੇ ਤਾਂ ਉਸ ਧੁਨ ਦੇ ਉੱਤੇ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਨੱਚਦੇ ਗਿੱਧਾ ਪਾਉਂਦੇ ਤਾਂ ਕਈ ਦਿਨ ਜਿਹੜੇ ਵਿਆਹਾਂ ਦੇ ਵਿੱਚ ਉਹ ਹਾਜ਼ਰ ਰਹਿਣਾ ਤਾਂ ਅੱਜ ਉਹ ਕਿੱਧਰ ਗਿਆ ਇਹ ਸਮਾਂ ਸਾਡੇ ਨਾਲ ਮਾਸਟਰ ਸੰਨੀ ਜੀ ਆ
ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਸਾਰਾ ਉਹਨਾਂ ਕੋਲ ਪੁੱਛਦੇ ਹਾਂ ਕਿ ਉਦੋਂ ਰੀਤੀ ਰਿਵਾਜ਼ ਕਿਹੋ ਜਿਹਾ ਹੁੰਦਾ ਸੀ ਅਤੇ ਅੱਜ ਕਿਵੇਂ ਆ। ਪੰਜਾਬ ਨੂੰ ਜੀ ਅਤੇ ਜੀਆਂ ਨੂੰ ਆਖਦੇ ਹਾਂ ਤੁਹਾਡੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨ ਤਾਰਨ ਤੋਂ ਸਨੀ ਬਰਾਸ ਬੈਂਡ। ਬਰਾਸ ਬੈਂਡ ਜਿਹੜਾ ਸੀ ਨਾ, ਬਰਾਸ ਬੈਂਡ ਦਾ ਮਤਲਬ ਹੁੰਦਾ ਸੀ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਜਾਣੀ ਕਿ ਲੋਕ ਪਿਆਰ ਕਰਦੇ ਸੀ। ਹਰ ਵਿਆਹ ਸ਼ਾਦੀ ਦੇ ਵਿੱਚ, ਹਰ ਨਗਰ ਕੀਰਤਨ ਦੇ ਵਿੱਚ, ਹਰ ਜਗ੍ਹਾ 'ਤੇ ਇਹ ਚੀਜ਼ ਦੀ ਬੜੀ ਮਹੱਤਤਾ ਹੁੰਦੀ, ਕਿਉਂਕਿ ਇਹ ਜਿਹੜਾ ਬੈਂਡ ਸੀ ਇਹ ਰਾਗਦਾਰੀ ਦੇ ਵਿੱਚ ਚੱਲਦਾ ਸੀ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਹੀ ਦੱਸਿਓ ਕਿ ਬੈਂਡ ਵਾਜੇ ਦੇ ਵਿੱਚ ਕਿਹੜੇ ਰਾਗ ਅਤੇ ਕਿਹੜੇ ਸਾਜ਼ ਹੁੰਦੇ ਨੇ। ਦੇਖੋ ਜੀ, ਜ਼ਿਆਦਾ ਕੁਛ ਨਾ ਕਹਿੰਦੇ ਹੋਇਆ, ਪੰਜ ਸੱਤ ਰਾਗਾਂ ਦਾ ਤਾਂ ਮੈਨੂੰ ਪਤਾ ਹੀ ਆ। ਜਿਸ ਤਰ੍ਹਾਂ ਰਾਗ ਭੈਰਵੀ, ਰਾਗ ਸਿੰਧੜਾ, ਰਾਗ ਬਸੰਤ, ਰਾਗ ਮਲਹਾਰ, ਰਾਗ ਮਦੋਦਰੀ, ਇਹ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਠੇਕੇ ਹੁੰਦੇ ਰੂਪਕ ਤਾਲ ਦੇ ਵਿੱਚ, ਜਿਸ ਤਰ੍ਹਾਂ ਆਪਾਂ ਰਿਧਮ ਦੇ ਵਿੱਚ ਕਹਿ ਦਿੰਦੇ ਆ, ਮਤਲਬ ਕਿ ਤਪਲੇ ਦੇ ਵਿੱਚ ਜਾਂ ਮਤਲਬ ਕਿ ਢੋਲ ਤਮੂਰ ਦੇ ਵਿੱਚ ਜਾਂ ਢੋਲ ਦੇ ਵਿੱਚ, ਰੂਪਕ ਤਾਲ, ਤਿੰਨ ਤਾਰ, ਅਕਤਾਲਾ, ਦਾਦਰਾ, ਚੈਂਚਲ ਦਾਦਰਾ, ਥਾ ਦੂਨ ਅਤੇ ਕੈਰਵਾ, ਇਹ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਰਿਧਮ ਦੇ ਹਿਸਾਬ ਨਾਲ ਚੱਲਦੀਆਂ, ਜਿਹਦੇ ਉੱਤੇ ਐਟੋਮੈਟਿਕ ਹੀ ਹਰ ਇਨਸਾਨ ਦਾ ਪੈਰ ਉੱਠਦਾ ਹੁੰਦਾ ਹੈ। ਤਾਂ ਸਾਨੂੰ ਇਹ ਵੀ ਦੱਸਿਓ ਕਿ ਤੁਸੀਂ ਕਿਹੜੇ ਸਥਾਨ ਦੇ ਵਿੱਚ ਇਸ ਲਾਈਨ ਵਿੱਚ ਪਏ ਅਤੇ ਕਦੋਂ ਸ਼ੁਰੂ ਕੀਤਾ ਸੀ? ਮੈਂ ਸਾਹਿਬ ਜੀ ਇਸ ਲਾਈਨ ਦੇ ਵਿੱਚ 1975 ਦੇ ਵਿੱਚ ਛੋਟੇ ਮੰਦਰ ਪੜ੍ਹਦਾ ਹੁੰਦਾ ਸਕੂਲ ਦੇ ਵਿੱਚ। ਉਸ ਟਾਈਮ ਸਾਡੇ ਉਸਤਾਦ ਨੇ ਸਾਨੂੰ ਦਿਹਾੜੀ 'ਤੇ ਲੈ ਜਾਣਾ। ਦਿਹਾੜੀ ਉਸ ਟਾਈਮ ਸਾਨੂੰ ਦਿੰਦੇ ਹੁੰਦੇ ਸੀ 2 ਰੁਪਈਏ, ਅਤੇ ਸ਼ਹਿਰ ਦਾ ਫੇਰਾ ਹੁੰਦਾ 50 ਰੁਪਈਏ ਜੋ ਬਰਾਤ ਚੜ੍ਹਾਉਣੀ ਸੀ। ਉਸ ਟਾਈਮ ਦੇ ਵਿੱਚ ਸਾਨੂੰ ਸਕੂਲੋਂ ਲੈ ਆਉਣਾ ਉਸਤਾਦ ਨੇ ਛੁੱਟੀ ਕਰਾ ਕੇ, ਅਤੇ ਅਸੀਂ ਆਪਣੇ ਢੰਗ ਦੇ ਨਾਲ ਵੀ ਘਰ ਦਿਆਂ ਨੂੰ ਦੱਸਣ ਤੋਂ ਬਗੈਰ ਹੀ ਇਸ ਕੰਮ 'ਚ ਪੈ ਗਏ। 2 ਰੁਪਈਏ ਦਿਹਾੜੀ ਮਿਲਣੀ, ਪਰ 2 ਰੁਪਈਏ ਦਿਹਾੜੀ ਦੇ ਵਿੱਚ ਵੀ ਬੜਾ ਸਿਦਕ ਹੁੰਦਾ ਸੀ। ਉਦੋਂ ਘਰ ਵੀ ਦੇਣਾ ਅਤੇ ਆਪਣਾ ਵੀ ਜੇਬ ਖਰਚੇ ਚਲਾਉਣੀ, ਕਿਉਂਕਿ 5-10 ਪੈਸੇ 'ਤੇ ਚੀਜ਼ ਆ ਜਾਂਦੀ ਹੁੰਦੀ ਸੀ ਉਦੋਂ। ਉਹਨਾਂ ਸਮਿਆਂ ਦੇ ਮੁੱਖ ਰੱਖਦੇ ਹੋਏ ਜੇ ਆਪਾਂ ਸੋਚੀਏ ਨਾ, ਤਾਂ ਉਹ ਸਮਾਂ ਬੜਾ ਵਧੀਆ, ਸ਼ਹਿਰ ਦੀ ਏਡੀ ਆਬਾਦੀ ਵੀ ਨਹੀਂ ਸੀ ਅਤੇ ਸ਼ਹਿਰ ਦੇ ਵਿੱਚ ਲੋਕਾਂ 'ਚ ਪਿਆਰ ਵੀ ਬੜਾ ਸੀ। ਇਹਦੇ 'ਚ ਇੱਕ ਮੈਂ ਭਾਅ ਜੀ ਜ਼ਰੂਰ ਸਵਾਲ ਕਰਨਾ ਚਾਹਾਂਗਾ ਕਿ ਅੱਜ ਲੋਕਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ, ਅਕਸਰ ਹੀ ਵੇਖਿਆ ਜੇ ਕੋਈ ਵਿਆਹ ਸ਼ਾਦੀਆਂ 'ਤੇ ਆਉਂਦੇ ਨਾ, ਕਹਿੰਦੇ ਅੰਦਰ ਵੜ ਕੇ ਬੈਂਡ ਵਜਾਓ, ਜਦੋਂ ਕਿ ਉਸ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਪਿੰਡ ਦੀ ਜੂਹ ਸ਼ੁਰੂ ਹੋ ਗਈ ਆ, ਇੱਥੋਂ ਬੈਂਡ ਵਜਾਉਂਦੇ ਸਾਡੇ ਘਰ ਤੱਕ ਆਓ ਅਤੇ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਘਰ ਵਿੱਚ ਵਿਆਹ ਰੱਖਿਆ। ਅੱਜ ਉਹਨਾਂ ਚੀਜ਼ਾਂ ਨੂੰ ਮੁੱਖ ਰੱਖੀਏ ਨਾ, ਅਤੇ ਅੱਜ ਤਾਂ ਪਹਿਲੇ ਨੰਬਰ 'ਤੇ ਤਾਂ ਸਾਡਾ ਬੈਂਡ ਦਾ ਜਿਹੜਾ ਇਹਨਾਂ ਨੇ ਸਾਰਾ ਸਿਸਟਮ ਹੀ ਬਦਲ ਦਿੱਤਾ। ਅੱਜ ਕੱਲ੍ਹ ਵੇਖੋ ਮਲਵਈ ਗਿੱਧਾ ਆਉਂਦਾ ਜਾਂ ਫੌਜੀ ਬੈਂਡ ਆਉਂਦਾ, ਉਹਨਾਂ ਚੀਜ਼ਾਂ ਨੂੰ ਸਿਰਫ ਉਹਨਾਂ ਕੁ ਚਿਰ ਹੀ ਕਹਿੰਦੇ ਬਾ ਜੋ ਤੁਰਨ ਲੱਗਣਾ ਉਦੋਂ ਹੀ ਵਜਾਉਣਾ, ਬਾਜੀ ਬੰਦ ਕਰ ਦਿਉ ਬੰਦ ਕਰ ਦਿਉ ਜਾਂ ਤੁਸੀਂ ਖੱਪ ਪਾਈ ਆ। ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਜਦੋਂ ਜਾਈਦਾ ਸੀ ਨਾ ਪਿੰਡ 'ਚ, ਵਿਆਹ ਵਾਲੇ ਦਿਨ ਤੋਂ 1 ਦਿਨ ਪਹਿਲੋਂ ਜਾਈਦਾ ਸੀ। 1 ਦਿਨ ਪਹਿਲੋਂ ਜਦੋਂ ਜਾਣਾ ਪਿੰਡ 'ਚ ਬੱਸ ਅੱਡੇ 'ਤੇ ਉਤਰਨਾ, ਅਤੇ ਉੱਥੋਂ ਹੀ ਪਤਾ ਲੱਗ ਜਾਣਾ ਕਿਸੇ ਕੋਲ ਪੁੱਛਣਾ ਵੀ ਭਾਅ ਜੀ ਆ ਫਲਾਣਾ ਸਿੰਘ ਦਾ ਘਰ ਕਿੱਥੇ ਆ, ਵੀਰ ਦਾ ਘਰ ਕਿੱਥੇ, ਉਹਨਾਂ ਦੇ ਘਰ ਜਾਣਾ ਸੀ। ਉਹਨਾਂ ਦੱਸਣਾ ਪਾਊ ਬਾਹਰ ਬਾਹਰ ਫਿਰਨੀ ਤੁਰੀ ਜਾਓ, ਅਤੇ ਪਰਲੇ ਬੰਨੇ ਉੱਥੋਂ ਹੀ ਉਹਨਾਂ ਨੇ ਕਹਿਣਾ ਬੈਂਡ ਵਜਾਉਂਦੇ ਜਾਓ। ਜੋ ਬੈਂਡ ਵਜਾਉਂਦੇ ਉਹਨਾਂ ਦੇ ਬੂਹੇ ਗਾੜੀ ਪਹੁੰਚਣਾ, ਅਤੇ ਉਹਨਾਂ ਨੇ ਮੁੜ ਕੇ ਘਰੋਂ ਆਉਣਾ ਬੀਬੀ ਨੇ, ਕਿਉਂਕਿ ਉਦੋਂ ਸਿਆਣੀਆਂ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਨਾ, ਉਦੋਂ ਬਜ਼ੁਰਗ ਜਿਹੜੇ ਬਹੁਤ ਸਿਆਣੇ ਹੁੰਦੇ ਸੀ, ਉਹਨਾਂ ਨੇ ਆਉਣਾ ਇੱਕ ਥਾਲ ਲਿਆਉਣਾ, ਥਾਲ ਦੇ ਵਿੱਚ ਉਹਨਾਂ ਬੂੰਦੀ ਪਾਈ ਹੋਣੀ, ਅਤੇ ਇੱਕ ਜਾਂ ਪੱਗ ਰੱਖੀ ਹੁੰਦੀ, ਅਤੇ ਜਾਂ ਕੰਬਲ ਲਾ ਲਓ ਜਾਂ ਕੋਈ ਪਰਨਾ ਲਾ ਲਓ। ਉਸ ਟਾਈਮ 'ਤੇ ਉਹਨਾਂ ਨੇ ਨਾ ਸਤਾਰ ਨੂੰ ਸਾਡੇ ਨੂੰ ਮਾਸਟਰ ਨੂੰ ਦੇਣਾ, ਤੇਲ ਚੋ ਕੇ ਬੈਂਡ ਵਾਲਿਆਂ ਨੂੰ ਅੰਦਰ ਲੰਘਾਉਣਾ। ਉਸ ਟਾਈਮ ਦੇ ਢੰਗ ਨਾਲ ਚੱਲੀਏ ਤਾਂ ਬੜੀ ਇੱਜ਼ਤ ਮਾਣ ਹੁੰਦੀ, ਜਿਸ ਤਰ੍ਹਾਂ ਵੀ ਜਦੋਂ ਉਹਨਾਂ ਦੇ ਘਰ ਜਾਣਾ, 7 ਬੰਦੇ ਜਾਣਾ, ਅਤੇ 7 ਹੀ ਉਹਨਾਂ ਮੰਜੇ ਡਾਹ ਰਹੇ ਨੇ, ਬਿਸਤਰੇ ਸੋਹਣੇ ਸੋਹਣੇ ਲਾ ਰਹੇ ਨੇ, ਰੋਟੀ ਪਾਣੀ ਖਾਣਾ, ਰਾਤ ਨੂੰ ਜਿੰਨੀਆਂ ਉਹ ਹੁਣ ਜਾਗੋ ਜੁਗੋ, ਉਦੋਂ ਜਾਗੋ ਨਹੀਂ ਹੁੰਦੀਆਂ। ਰਾਤ ਦੇ ਟਾਈਮ ਬੈਂਡ ਵਜਾਉਣਾ ਵਾ, ਉਹਨਾਂ ਭੰਗੜਾ ਪਾਉਣਾ, 10-11 ਵਜੇ ਤੱਕ ਭੰਗੜਾ ਪਾਉਣਾ, ਉਹਨੇ ਕਹਿਣਾ ਬੈਂਡ ਵਾਲਿਓ ਸੌਂ ਜਾਓ ਵੀ ਹੁਣ। ਸਵੇਰੇ ਤੜਕੇ ਸਾਨੂੰ 5 ਵਜੇ ਉਠਾ ਲੈਣਾ, 5 ਵਜੇ ਉੱਠ ਕੇ ਅਸੀਂ ਬਾਹਰ ਅੰਦਰ, ਉਦੋਂ ਹੁੰਦਾ ਸੀ ਬਾਹਰ ਪੈਲੀਆਂ ਪੁਲੀਆਂ ਨੂੰ ਘੁੰਮਣ ਚਲ ਜਾਣਾ, ਬਾਹਰੋਂ ਅੰਦਰ ਹੋ ਕੇ ਆਉਣਾ, ਚਾਹ ਪਿਆਉਣੀ ਉਹਨਾਂ, ਚਾਹ ਦੇ ਨਾਲ ਬੂੰਦੀ ਪਕੌੜੇ ਲਾ ਲਓ, ਜਿਹੜੀ ਵੀ ਚੀਜ਼ ਬਣੀ ਹੋਣੀ ਤਿਆਰ ਹੋਣੀ ਖਾਣੀ, ਅਤੇ ਤਕਰੀਬਨ 9-10 ਵਜੇ ਤੱਕ ਬਰਾਤ ਚੜ੍ਹਨੀ, ਅਤੇ ਫਿਰ ਉਹਨਾਂ ਦੇ ਨਾਲ ਹੀ ਜਾਣਾ। ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕੋਈ ਰੀਤੀ ਰਿਵਾਜ਼ ਦੀ ਲਿਮਿਟ ਹੀ ਕੋਈ ਨਹੀਂ ਆ। ਹੁਣ ਤਾਂ ਮੇਰੇ ਹਿਸਾਬ ਨਾਲ ਕਈਆਂ ਵਿਆਹਾਂ 'ਚ ਬੂੰਦੀ ਨਿਕਲਣ ਹਟ ਗਈ ਆ, ਜਿਹੜੀ ਅਕਸਰ ਇਹ ਮੰਗ ਮੰਨਿਆ ਜਾਂਦਾ ਸੀ ਕਿ ਵਿਆਹ ਤੋਂ ਪਹਿਲਾਂ ਸ਼ੁਰੂਆਤ ਹੋਣੀ, ਜਦੋਂ ਕਿਸੇ ਮੇਲੀਆਂ ਨੇ ਆਉਣਾ ਜਾਂ ਕਿਸੇ ਦੇ ਪ੍ਰਾਹੁਣੇ ਨੇ ਆਉਣਾ ਤਾਂ ਬੂੰਦੀ ਦਿੱਤੀ ਜਾਣੀ, ਹੁਣ ਉਹ ਬੂੰਦੀ ਵਾਲਾ ਰਿਵਾਜ਼ ਵੀ ਖਤਮ ਹੁੰਦਾ ਜਾਂਦਾ। ਬਿਲਕੁਲ ਹੀ ਬਿਲਕੁਲ ਭਾਅ ਜੀ, ਹੁਣ ਤਾਂ ਉਹ ਬੂੰਦੀ ਵਾਲਾ ਸਿਸਟਮ ਹੀ ਖਤਮ ਕਰਤਾ। ਉਦੋਂ ਤਾਂ ਜਦੋਂ ਮਤਲਬ ਕਿ ਜਿਹੜੇ ਵੀ ਪ੍ਰਾਹੁਣੇ ਨੇ ਆਉਣਾ, ਉਹਦੇ ਗਾੜੀ ਉਹਨਾਂ ਬੂੰਦੀ ਜਾਂ ਪਕੌੜੇ ਜਾਂ ਸ਼ੱਕਰ ਭਾਰੇ ਰੱਖਦੇ ਨੇ, ਮੱਠੀਆਂ ਰੱਖਦੇ ਨੇ, ਹੁਣ ਤਾਂ ਇਹ ਚੀਜ਼ਾਂ ਹੈਗੀਆਂ ਹੀ ਨਹੀਂ ਗੀਆਂ, ਹੁਣ ਨਹੀਂ ਇਹ ਚੀਜ਼ਾਂ ਖਤਮ ਹੋ ਚੁੱਕੀਆਂ। ਉਦੋਂ ਕੋਈ ਇਹੋ ਜਿਹਾ ਟਾਈਮ ਅਸੀਂ ਵੇਖਿਆ ਕਿ ਮੇਰੇ ਆਈਡੀਏ ਦੇ ਨਾਲ ਜ਼ਿਆਦਾ ਨਹੀਂ ਅਤੇ
77 ਸਾਲ ਦੀ ਗੱਲ ਹੋਣੀ ਆ, 76-77 ਦੀ। ਅਸੀਂ ਪਿੰਡ ਦਿਓ ਗਏ ਹਾਂ ਵਿਆਹ ਦੇ ਵਿੱਚ, ਉੱਥੇ ਮੰਜੇ ਦੇ ਉੱਤੇ ਉਹਨਾਂ ਨੇ ਸਾਨੂੰ ਬਹਾ ਕੇ ਅਤੇ ਚਾਹ ਪਿਆਈ, ਅਤੇ ਜਿਹੜੇ ਅਖਬਾਰ ਦੇ ਕਾਗਜ਼ ਸੀ ਉਹਨਾਂ ਦੇ ਉੱਤੇ ਬੂੰਦੀ ਪਕੌੜੇ ਰੱਖ ਕੇ ਸਾਰੀ ਬਰਾਤ ਨੂੰ ਮੰਜਿਆ ਤੇ ਉਹਨਾਂ ਨੇ ਉਸ ਟਾਈਮ 'ਤੇ। ਪਰ ਉਹ ਵਧੀਆ ਟਾਈਮ ਬੜਾ ਵਧੀਆ ਹੁੰਦਾ ਸੀ, ਉਹ ਚੀਜ਼ਾਂ ਵਾਕਿਆ ਯਾਦ ਕਰਨ ਵਾਲੀਆਂ ਸੀਗੀਆਂ। ਅੱਜ ਉਹ ਚੀਜ਼ਾਂ ਖਤਮ ਹੋ ਚੁੱਕੀਆਂ। ਅਸੀਂ ਪੁੱਛਾਂਗੇ ਕਿ ਉਦੋਂ ਕਿੰਨਾ ਸਗਨ ਮਿਲਦਾ ਹੁੰਦਾ ਸੀ ਅਤੇ ਅੱਜ ਕਿੰਨਾ ਮਿਲਦਾ ਹੈ, ਕਿ ਬੈਂਡ ਬਾਜੇ ਵਾਲਿਆਂ ਨੂੰ ਪੁੱਛਦਾ ਹੀ ਨਹੀਂ ਕੋਈ? ਨਹੀਂ, ਅੱਜ ਦੇ ਹਿਸਾਬ ਨਾਲ ਤਾਂ ਬੈਂਡ ਬਾਜੇ ਵਾਲਿਆਂ ਨੂੰ ਪੁੱਛਦਾ ਹੀ ਕੋਈ ਨਹੀਂ ਗਾ ਜੀ। ਅੱਜ ਦੇ ਹਿਸਾਬ ਦੇ ਨਾਲ ਬੀਨਾ ਵਾਲੇ ਫੌਜੀ ਬੈਂਡ ਕੋਈ ਨਹੀਂ ਹੈਗਾ ਇਹ। ਇਹਨਾਂ 'ਚੋਂ ਫੌਜੀ ਬਹੁਤ ਇੱਕ ਅੱਧਾ ਹੀ ਹੋਊਗਾ, ਇਹ ਤਾਂ ਬੀਨਾ ਵਾਲੇ ਆ। ਪੁਰਾਣੇ ਸਮੇਂ ਦੇ ਵਿੱਚ ਉਦੋਂ ਇਹਨਾਂ ਦੀ ਵੈਲਿਊ ਨਹੀਂ ਹੁੰਦੀ, ਉਦੋਂ ਬਰਾਸ ਬੈਂਡ ਦੀ ਵੈਲਿਊ ਹੁੰਦੀ। ਅੱਜ ਦੇ ਸਮੇਂ ਹਿਸਾਬ ਨਾਲ ਲੋਕ ਇਹਨਾਂ ਨੂੰ ਖੜਦੇ, ਕਿਉਂਕਿ ਥੋੜ੍ਹਾ ਜਿਹਾ ਲੋਕਾਂ ਦਾ ਝੁਕਾਅ ਹੀ ਇੰਨਾ ਹੱਲ ਹੋ ਗਿਆ ਮਲਵਈ ਗਿੱਧੇ ਵੱਲ ਅਤੇ ਫੌਜੀ ਬੈਂਡ ਵੱਲ। ਪਰ ਜਿਹੜਾ ਮਲਵਈ ਫੌਜੀ ਬੈਂਡ ਤਾਂ ਚਲੋ ਫਿਰ ਵੀ ਠੀਕ ਆ, ਮਲਵਈ ਗਿੱਧਾ ਜਿਹੜਾ ਨਾ ਉਹ ਘਰ ਦੇ ਹਿਸਾਬ ਨਾਲ ਸੋਚੀਏ ਤਾਂ ਜਿਸ ਤਰ੍ਹਾਂ ਧੀਆਂ ਭੈਣਾਂ ਨੇ ਪਰਿਵਾਰਕ ਲੇਡੀਜ਼ ਨੇ ਨੱਚਣਾ ਹੁੰਦਾ, ਉਹ ਸੁਰ ਸਵਾਦ ਨਹੀਂ ਹੁੰਦਾ ਉਹਦੇ ਵਿੱਚ। ਕਿੰਨਾ ਸਗਨ ਮਿਲਦਾ ਹੁੰਦਾ ਜੀ ਉਦੋਂ? ਉਸ ਟਾਈਮ ਦੇ ਉੱਤੇ ਸਗਨ ਕੀ 5-4 ਰੁਪਈਏ ਜਾਂ 2 ਰੁਪਈਏ ਸਗਨ ਮਿਲਦਾ ਹੁੰਦਾ ਸੀ। ਅੱਜ ਹੁਣ ਤੁਸੀਂ ਹਿਸਾਬ ਲਾ ਲਓ 1100-1100 ਰੁਪਈਆ ਸਗਨ ਲੈਂਦੇ, ਫਿਰ ਵੀ ਕੁਛ ਨਹੀਂ ਬਣਦਾ, ਫਿਰ ਬੰਦੇ ਦਾ ਢਿੱਡ ਨਹੀਂ ਭਰਦਾ। ਉਹ ਚੀਜ਼ਾਂ ਦੇ ਵਿੱਚ ਉਦੋਂ ਮਤਲਬ ਕਿ ਤਾਕਤ ਹੁੰਦੀ ਸੀ, ਪੈਸੇ 'ਚ ਵੀ ਤਾਕਤ ਹੁੰਦੀ। ਅੱਜ ਜਿੰਨਾ ਮਰਜ਼ੀ ਪੈਸਾ ਆ ਜਾਵੇ ਉਹ ਪਿਆਰ ਨਹੀਂ ਹੈਗਾ। ਗੱਲ ਪਿਆਰ ਖਤਮ ਹੋ ਗਿਆ, ਪੈਸਾ ਤਾਂ ਉਹ ਹੀ ਆ, ਪਰ ਉਹ ਪੈਸੇ 'ਚ ਵੀ ਉਹ ਗੱਲ ਨਹੀਂ ਰਹੀ, ਮਹਿੰਗਾਈ ਵੱਧ ਗਈ ਆ, ਬਹੁਤ ਸਿਸਟਮ ਸਾਰਾ ਖਰਾਬ ਹੋਇਆ ਪਿਆ। ਇੱਥੇ ਮਾਸਟਰ ਜੀ ਮੈਂ ਇੱਕ ਗੱਲ ਜ਼ਰੂਰ ਸਵਾਲ ਕਰਨਾ ਚਾਹੁੰਦਾ ਕਿ ਸੱਭਿਆਚਾਰ ਵਿਗਾੜਿਆ ਕਿਹਨੇ ਅਤੇ ਗਾਇਬ ਕਿਵੇਂ ਹੋ ਗਿਆ ਸੱਭਿਆਚਾਰ? ਉੱਥੇ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਵਾਂ, ਸੱਭਿਆਚਾਰਕ ਤਾਂ ਸਾਰੇ ਆਪਾਂ ਰਲ ਮਿਲ ਕੇ ਵਿਗਾੜਿਆ ਵਾ। ਆਪਾਂ ਇੱਕ ਦੂਜੇ ਨੇ ਮਤਲਬ ਕਿ ਇੱਕ ਨੇ ਲਿਆਂਦਾ ਮਲਵਈ ਗਿੱਧਾ, ਦੂਜਾ ਕਹਿੰਦਾ ਮੈਂ ਵੀ ਉਹ ਚੀਜ਼ ਲਿਆਉਣੀ, ਤੀਜਾ ਕਹਿੰਦਾ ਮੈਂ ਵੀ ਉਹ ਚੀਜ਼ ਲਿਆਉਣੀ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਬਰਾਸ ਬੈਂਡ ਦੇ ਵਿੱਚ ਪਿਆਰ ਆ, ਜੋ ਇਹਦੀ ਰਿਧਮ ਆ, ਜੋ ਇਹਦੇ ਵਿੱਚ ਬੈਂਡ ਸੁਣਨ ਦਾ ਮਜ਼ਾ ਆਉਂਦਾ, ਉਹ ਮਲਵਈ ਗਿੱਧੇ 'ਚ ਨਹੀਂ ਆਉਂਦਾ। ਮਲਵਈ ਗਿੱਧੇ ਦਾ ਕੋਈ ਸਿਸਟਮ ਸਾਡੇ ਬੈਂਡ ਦੇ ਨਾਲ, ਬਰਾਸ ਬੈਂਡ ਨਾਲ ਕੋਈ ਮੇਲ ਨਹੀਂ ਖਾਂਦਾ, ਨਾ ਬੀਨਾ ਵਾਲਾ ਬੈਂਡ ਫੌਜੀ ਬੈਂਡ ਅਤੇ ਨਾ ਮਲਵਈ ਗਿੱਧਾ। ਉਸ ਟਾਈਮ 'ਤੇ ਸ਼ਰਾਬੀ ਵੀ ਨੱਚਦੇ ਸਨ ਬੈਂਡ ਵਾਜਿਆਂ ਦੇ ਨਾਲ, ਅਤੇ ਘਰ ਦਾ ਪਰਿਵਾਰ ਵੀ ਨੱਚਦਾ ਹੁੰਦਾ ਸੀ। ਕੋਈ ਇਹ ਨਹੀਂ ਹੁੰਦਾ ਕਿ ਬੀਬੀਆਂ ਨੱਚਦੀਆਂ, ਅੱਜ ਕੱਲ੍ਹ ਤਾਂ ਕੋਈ ਗੱਲ ਕਹਿਣ ਵਾਲੀ ਨਹੀਂ। ਉਸ ਟਾਈਮ ਦੇ ਹਿਸਾਬ ਨਾਲ ਲਾਈਏ ਨਾ ਜੀ, ਵੇਖੋ ਸ਼ਰਾਬ ਆਮ ਹੀ ਘਰਾਂ 'ਚ ਕੱਢੀ ਹੁੰਦੀ ਸੀ, ਅਤੇ ਵਧੀਆ ਚੀਜ਼ ਬਣਾਈ ਹੁੰਦੀ ਕਿ ਵਿਆਹ ਵਾ ਘਰ ਦੇ ਵਿੱਚ, ਚਲੋ ਸ਼ਰਾਬ ਪੀ ਕੇ ਨੱਚਦੇ ਸੀ, ਪ੍ਰੋਗਰਾਮ ਵਧੀਆ ਹੁੰਦਾ ਸੀ। ਅੱਜ ਉਹ ਟਾਈਮ ਦੇ ਵਿੱਚ ਪਿਆਰ ਬੜਾ ਸੀ, ਅੱਜ ਦੇ ਟਾਈਮ ਦੇ ਵਿੱਚ ਨੱਚਦੇ ਨੱਚਦੇ ਲੜ ਪੈਂਦੇ ਆ ਅਤੇ ਗੋਲੀਆਂ ਚੱਲ ਜਾਂਦੀਆਂ, ਕਤਲ ਤਿੱਕਰ ਹੋ ਜਾਂਦੇ। ਉਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ, ਉਦੋਂ ਪਿਆਰ ਹੁੰਦਾ ਸੀ। ਇਹ ਨਹੀਂ ਜ਼ਰੂਰੀ ਕਿ ਆਪਣਾ ਰਿਸ਼ਤੇਦਾਰ ਹੀ ਹੋਣਾ ਜਾਂ ਪਰਿਵਾਰਕ ਹੀ ਹੋਣਾ, ਪੂਰਾ ਪਿੰਡ ਹੀ ਆਣ ਕੇ ਵਿਆਹ ਵਾਲੇ ਘਰ 'ਚ ਨੱਚਣ ਲੱਗ ਪੈਂਦਾ ਹੁੰਦਾ ਸੀ। ਕਿਉਂਕਿ ਅੱਜ ਕੱਲ੍ਹ ਵਿਆਹ ਤਾਂ 2 ਘੰਟਿਆਂ ਦਾ ਰਹਿ ਗਿਆ, ਸਵੇਰੇ ਜਾਓ 12-1 ਵਜੇ ਜਾਓ ਅਤੇ 4 ਵਜੇ ਘਰ ਆ ਜਾਓ, ਕਿਉਂਕਿ ਪੈਲਸ 'ਚ ਜਾਣਾ ਅਤੇ ਪੈਲਸੋਂ ਆ ਜਾਣਾ। ਉਸ ਟਾਈਮ ਦੇ ਵਿਆਹ ਜਿਹੜੇ ਕਿੰਨੇ ਕਿੰਨੇ ਦਿਨ ਚੱਲਦੇ ਹੁੰਦੇ ਸਨ? ਉਸ ਟਾਈਮ ਦੇ ਵਿਆਹ ਸਮਝ ਲਓ ਕਿ ਘਰ ਵਾਲੇ ਜਿਨ੍ਹਾਂ ਦੇ ਕੁੜੀ ਵਾਲਿਆਂ ਮੁੰਡਿਆਂ ਵਾਲਿਆਂ ਦੇ ਘਰ ਵਿਆਹ ਹੁੰਦਾ, ਉਹ ਤਾਂ 1 ਮਹੀਨਾ ਪਹਿਲਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹੁੰਦੇ, ਅਤੇ ਜਿਹੜੇ ਰਿਸ਼ਤੇਦਾਰ 1 ਹਫ਼ਤਾ ਪਹਿਲਾਂ ਵਿਆਹ ਵਾਲੇ ਘਰ ਆ ਜਾਂਦੇ ਹੁੰਦੇ। ਵਿਆਹ ਵਾਲੇ ਘਰ ਆ, ਬੜੇ ਰੀਤੀ ਰਿਵਾਜ਼ ਹੁੰਦੇ, ਬੜਾ ਪਿਆਰ ਹੁੰਦਾ, ਹੱਸਣਾ ਖੇਡਣਾ, ਬੜੇ ਚਾਵਾਂ ਦੇ ਨਾਲ ਗਾਉਣ ਵਾਉਣਾ, ਕਈ ਪ੍ਰੋਗਰਾਮ ਉਦੋਂ ਹੁੰਦੇ ਸੀ। ਅੱਜ ਕੱਲ੍ਹ ਤਾਂ ਉਹ ਗੱਲਾਂ ਹੈਗੀਆਂ ਨਹੀਂ, ਅੱਜ ਕੱਲ੍ਹ ਤਾਂ ਇਹ ਆ ਵੀ ਅਗਲੇ ਕਾਰਡ ਦਿੰਦੇ ਆ, ਪੈਲਸ ਦਾ ਨਾਂ ਲਿਖਦੇ ਆ, ਉਹ ਸਿੱਧੇ ਪੈਲਸ 'ਚ ਹੀ ਜਾਂਦੇ ਅਤੇ ਪੈਲਸ 'ਚੋਂ ਹੀ ਵਾਪਸ ਚਲ ਜਾਂਦੇ। ਕੁੜੀ ਵਾਲਿਆਂ ਨੇ ਪੈਲਸ ਕੀਤਾ ਅੰਮ੍ਰਿਤਸਰ ਜਾਂ ਕਿਤੇ ਵੀ ਕੀਤਾ, ਉੱਥੋਂ ਹੀ ਉਹਨਾਂ ਬੈਂਡ ਕਰਨਾ, ਉੱਥੋਂ ਹੀ ਪੈਲਸ ਕਰਨਾ, ਜੋ ਵੀ ਕਰਨਾ ਉੱਥੋਂ ਹੀ ਸਿਸਟਮ, ਕੁੜੀ ਵਾਲਿਆਂ ਨੇ ਪਰਿਵਾਰ ਨੇ ਘਰ ਆਉਣਾ ਬਸ। ਤਾਂ ਇਹ ਜਿਹੜਾ ਇੰਨਾ ਸਮਾਨ ਆਪਾਂ 1000 ਰੁਪਈਆ ਖਰਚਿਆ ਸੀ, ਹੁਣ ਤਾਂ ਆਪਾਂ ਲੱਖਾਂ 'ਚ ਕਹਿ ਸਕਦੇ, ਉਦੋਂ 1000 'ਚ ਖਰਚਿਆ ਹੋਵੇਗਾ, ਹੁਣ ਇਹਨੂੰ ਜੰਗਾਲ ਪੈ ਰਿਹਾ। ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਬਰਾਸ ਬੈਂਡ, ਇਹਦੇ ਵੱਲ ਧਿਆਨ ਮਾਰੋ। ਇਹ ਚੀਜ਼ ਜਿਹੜੀ ਉਸ ਟਾਈਮ ਦੇ ਵਿੱਚ ਵੱਧ ਤੋਂ ਵੱਧ 200 ਰੁਪਈਏ ਦੀ ਆਉਂਦੀ ਸੀ, ਅੱਜ ਇਹ ਚੀਜ਼ ਜਿਹੜੀ 5-7-10 ਹਜ਼ਾਰ ਰੁਪਈਏ ਦੀ ਆ। ਇਹ ਚੀਜ਼ ਮੇਰੇ ਕੋਲ 200 ਬੰਦੇ ਦਾ ਸਮਾਨ ਸੀ, ਕੰਮ ਨਾ ਹੋਣ ਕਰਕੇ ਬੇਰੁਜ਼ਗਾਰੀ ਹੋਈ ਪਈ ਆ, ਮਤਲਬ ਕਿ ਇਹ ਸਿਸਟਮ ਵਿਗੜਿਆ ਪਿਆ ਵੀ ਸਾਡਾ ਜਿਹੜਾ ਕੰਮ ਨਹੀਂ ਹੈਗਾ, ਹੁਣ ਇਹਨਾਂ ਚੀਜ਼ਾਂ ਨੂੰ ਜੰਗਾਲ ਪੈਣ ਡਿਆ। ਉਸ ਟਾਈਮ 'ਤੇ ਜਿਹੜੀ ਯੂਨੀਫਾਰਮ ਸਾਡੀ ਬਣਦੀ ਹੁੰਦੀ 100-150 ਰੁਪਈਏ ਦੀ ਬਣਦੀ ਹੁੰਦੀ, ਅੱਜ ਯੂਨੀਫਾਰਮ ਜਿਹੜੀ 1 ਬੰਦੇ ਦੀ 2000 ਦੀ ਬਣਦੀ, 2000 ਦੀ ਬਣਾਉਣੀ ਤਾਂ ਪੈਂਦੀ ਦੁਕਾਨਦਾਰੀ ਵਾਸਤੇ, ਪਰ ਕੰਮ ਨਹੀਂ ਹੈਗਾ, ਉਹ ਗੱਲਾਂ ਨਹੀਂ ਹੈਗੀਆਂ। ਇਹਦੇ ਉਸ ਸਮੇਂ 'ਤੇ ਜਦੋਂ ਬੈਂਡ ਵਾਜਣ ਵਾਲਿਆਂ ਨੇ ਰੰਗ ਬਿਰੰਗੀ ਵਰਦੀ ਪਾਈ ਹੁੰਦੀ ਸੀ, ਅਤੇ ਨਿਆਣਿਆਂ ਨੇ ਵੀ ਹੱਥ ਫੇਰ ਫਿਰ ਵੇਖਣਾ, ਯਾਰ ਬੜੀ ਵਧੀਆ ਵਰਦੀ ਆ। ਅੱਜ ਕੱਲ੍ਹ ਦੇ ਲੋਕ ਬਹਿਰੇ ਨੂੰ ਕਹਿੰਦੇ ਇਹਨੇ ਆਹ ਪਾਏ ਕੱਪੜੇ, ਇਹਨਾਂ ਨੇ ਆਹ ਵਰਦੀਆਂ ਸਵਾਲੀਆਂ। ਉਦੋਂ ਇੱਕ ਰੁਤਬਾ ਹੁੰਦਾ ਸੀ ਅਤੇ ਇੱਕ ਲੋਕਾਂ ਦੇ ਮਨ 'ਚ ਚਾਅ ਹੁੰਦਾ ਸੀ ਵੀ ਫਲਾਣੇ ਦੇ ਘਰ ਬੈਂਡ ਵਾਜੇ ਵਾਲੇ ਆਏ, ਯਾਰ ਉਹਨਾਂ ਨੇ ਪ੍ਰੋਗਰਾਮ ਵਿਆਹ ਧਰਿਆ। ਬਿਲਕੁਲ ਬਿਲਕੁਲ ਭਾਅ ਜੀ, ਚਾਵਾਂ ਦੇ ਨਾਲ ਲੋਕਾਂ ਨੇ ਸਾਨੂੰ ਸੱਦਣਾ,
ਬਹੁਤ ਵਧੀਆ, ਬੜਾ ਪਿਆਰ, ਬੜਾ ਮਿਲਾ ਜੁਲਾ ਹੰਗਾਰਾ ਮਿਲਦਾ। ਬਹੁਤ ਇਸ ਬੈਂਡ ਨੂੰ ਪਿਆਰ ਕਰਦੇ ਸੀ ਲੋਕ, ਕਿਉਂਕਿ ਇਹ ਬੈਂਡ ਦੇ ਵਿੱਚ ਇੱਕ ਰਾਗਦਾਰੀ ਸੀ, ਇਹਦੇ ਵਿੱਚ ਇੱਕ ਗੀਤ ਸੁਣਨ ਦਾ ਵੀ ਮਜ਼ਾ ਆਉਂਦਾ ਸੀ ਦੂਰੋਂ ਦੂਰੋਂ। ਮੰਨ ਲਓ ਇੱਕ ਆਪਾਂ ਇੱਕ ਘਰ ਦੇ ਗਾੜੀ ਵਜਾਉਣ ਦੇ, ਪੂਰਾ ਪਿੰਡ ਬਾਹਰ ਖਲੋਤਾ ਹੁੰਦਾ ਸੀ ਸੁਣਨ ਦੇ ਵਿੱਚ ਹੀ। ਪੰਜਾਬੀ ਗੀਤ, ਹਿੰਦੀ ਗੀਤ, ਹਰ ਤਰ੍ਹਾਂ ਦਾ ਗੀਤ, ਇਹਦੇ ਵਿੱਚ ਕੋਈ ਮਾੜਾ ਗੀਤ ਨਹੀਂ ਵੱਜਦਾ ਹੁੰਦਾ ਜੀ। ਇਹ ਬਹੁਤ ਵਧੀਆ ਚੀਜ਼ ਸੀ, ਘਰੇਲੂ ਪਰਿਵਾਰਕ, ਜਿਸ ਤਰ੍ਹਾਂ ਮਰਜ਼ੀ ਬੰਦਾ ਮਤਲਬ ਕਿ ਬੈਂਡ ਵਾਲਿਆਂ ਦੇ ਨਾਲ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਰਹੀਦਾ। ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ, ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨੇ ਸੱਭਿਆਚਾਰ ਖਰਾਬ ਕੀਤਾ, ਇਹਦੇ ਵਿੱਚ ਆਪਣੀਆਂ ਕੋਈ ਦੋ ਰਾਇਆਂ ਨਹੀਂ ਆ। ਹੁਣ ਉਸ ਨਵੀਂ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ, ਕਿਉਂਕਿ ਪੁਰਾਣਾ ਰੀਤੀ ਰਿਵਾਜ਼ ਅੱਜ ਵੀ ਬਹਾਲ ਹੋ ਸਕਦਾ ਜੇ ਇਹ ਚਾਹੁਣ ਤਾਂ। ਬਿਲਕੁਲ ਸਹੀ ਗੱਲ ਭਾਅ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਅੱਜ ਵੀ ਇਹ ਲੋਕ ਚਾਹੁਣ ਨਾ, ਤਾਂ ਇਹ ਬਰਾਸ ਬੈਂਡ ਜਿਹੜਾ ਨਾ, ਸਗਨਾਂ ਵਾਲਾ ਕੰਮ ਹੁੰਦਾ ਵਾ, ਇਹ ਚੀਜ਼ ਬਹੁਤ ਵਧੀਆ। ਇਹ ਚੀਜ਼ ਨੂੰ ਜਿੰਦਾ ਰੱਖਣ ਵਾਸਤੇ ਲੋਕਾਂ ਦਾ ਬਹੁਤ ਪਿਆਰ ਚਾਹੀਦਾ, ਮਿਲਾ ਜੁਲਾ ਹੰਗਾਰਾ ਚਾਹੀਦਾ। ਜੇ ਲੋਕ ਇਹਨੂੰ ਭੁੱਲ ਜਾਣਗੇ ਤਾਂ ਸਾਰਾ ਖਤਮ ਹੀ ਹੋ ਜੂਗਾ। ਇਹ ਮੁੜ ਕੇ ਆਉਣ ਵਾਲੀ ਇਹ ਜਿਹੜੀ ਅੱਜ ਪੀੜ੍ਹੀ, ਇਹਦੇ ਤੋਂ ਬਾਅਦ ਜਿਹੜੀ ਆਉਣ ਵਾਲੀ ਪੀੜ੍ਹੀ, ਉਹਨੂੰ ਪਤਾ ਹੀ ਨਹੀਂ ਹੋਣਾ ਕਿ ਬੈਂਡ ਹੈਗਾ ਸੀਗਾ। ਪੁਰਾਣੇ ਰਾਜੇ ਮਹਾਰਾਜਿਆਂ ਦੇ, ਮੰਨ ਲਓ ਤੁਸੀਂ ਵੀ ਜਿਹੜੇ ਗੁਰੂ ਮਹਾਰਾਜ, ਉਹਨਾਂ ਦੀਆਂ ਸ਼ਾਦੀਆਂ ਦੇ ਵਿੱਚ ਹੀ ਸਹਿਨਾਈਆਂ ਵੱਜਦੀਆਂ ਰਹੀਆਂ, ਉਹਨਾਂ ਦੇ ਵਿੱਚ ਵੀ ਜਦੋਂ ਉਹਨਾਂ ਦੀਆਂ ਬਰਾਤਾਂ ਜਾਂਦੀਆਂ ਬੈਂਡ ਵੱਜਦਾ ਸੀ। ਅੱਜ ਕੱਲ੍ਹ ਤਾਂ ਸਿਰਫ ਮਲਵਈ ਗਿੱਧਾ ਹੀ ਚੱਲਦਾ ਵਾ, ਪਰ ਮਲਵਈ ਗਿੱਧੇ ਦੇ ਵਿੱਚ ਪਰਿਵਾਰਕ ਜਿਹੜਾ ਮੈਂਬਰ ਆ ਉਹ ਸਹੀ ਢੰਗ ਨਾਲ ਨੱਚ ਨਹੀਂ ਸਕਦਾ ਜਦੋਂ ਵਿਆਹ ਸ਼ਾਦੀ 'ਚ ਹੋਵੇ। ਜਿਹੜਾ ਪੁਰਾਣੇ ਹਿਸਾਬ ਦੇ ਨਾਲ ਸੀ ਨਾ, ਅਤੇ ਚਾਰ ਚਾਰ ਦਿਨ ਜਾਣਾ ਅਤੇ ਦੋ ਦਿਨ ਪਹਿਲਾਂ ਤਾਂ ਬੈਂਡ ਚੱਲ ਜਾਂਦਾ ਸੀ। ਉਦੋਂ ਇਹਨਾਂ ਚੀਜ਼ਾਂ ਦਾ ਹੁੰਦਾ ਨਹੀਂ, ਰਾਤ ਨੂੰ ਸਾਨੂੰ ਉਹਨਾਂ ਨੇ 10-10 ਵਜੇ ਤੱਕ, ਰਾਤ ਨੂੰ ਸਾਨੂੰ ਬੰਦਿਆਂ ਸ਼ਰਾਬ ਪੀਤੀ ਹੁੰਦੀ, ਫਿਰ ਉਹ 'ਚ ਗੁੱਸਾ ਗਿਲਾ ਨਹੀਂ ਹੁੰਦਾ, ਬੜਾ ਪੈਗ ਪੁੱਗ ਲਾ ਕੇ ਨੱਚੀ ਜਾਣਾ ਉਹਨਾਂ ਨੇ, ਧੁੱਪੇ ਹੀ ਨੱਚੀ ਜਾਣਾ, ਗਰਮੀ ਦੇ ਵਿੱਚ ਅੱਤ ਦੀ ਗਰਮੀ ਹੋਣੀ, ਠੰਡ ਵੀ ਹੋਣੀ, ਉਹਨਾਂ ਨੱਚੀ ਜਾਣਾ, ਦਹੀਂ ਵੀ ਲੱਗ ਗਏ ਨੱਚੀ। ਉਦੋਂ ਕੀ ਹੁੰਦਾ ਸੀ, 1 ਰੁਪਈਆ ਜਾਂ 2 ਰੁਪਈਏ ਸਰਵਾਰ ਨਹੀਂ ਹੁੰਦੇ, ਉੱਤੋਂ ਦੀ ਵੇਲਾਂ ਕਰਾਉਂਦੇ ਹੁੰਦੇ। ਅੱਜ ਉਹ ਸਿਸਟਮ ਖਤਮ ਹੋ ਗਿਆ। ਤਾਂ ਸਾਨੂੰ ਸਮਾਂ ਦੇਣ ਲਈ ਅਤੇ ਸਾਰੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ ਭਾਅ ਜੀ ਤੁਹਾਡਾ ਇੱਥੇ ਪਹੁੰਚਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮਾਸਟਰ ਜੀ ਨੇ ਸਾਨੂੰ ਦੱਸਿਆ ਹੈ ਕਿ ਸੱਭਿਆਚਾਰ ਅਸੀਂ ਖੁਦ ਵਿਗਾੜਿਆ ਹੈ, ਕਿਸੇ ਨੇ ਨਹੀਂ ਵਿਗਾੜਿਆ। ਤਾਂ ਨੌਜਵਾਨ ਪੀੜ੍ਹੀ ਨੂੰ ਉਹਨਾਂ ਅਪੀਲ ਕੀਤੀ ਆ ਕਿ ਇਸ ਸਗਨ ਵਿਹਾਰਾਂ ਨੂੰ ਫਿਰ ਦੁਬਾਰਾ ਆਪਾਂ ਵਾਪਸ ਲਿਆਈਏ। ਸਾਰੇ ਕਹਿੰਦੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ, ਤਾਂ ਸ਼ੁਰੂਆਤ ਕੌਣ ਕਰੂਗਾ, ਸਾਨੂੰ ਆਪ ਹੀ ਕਰਨੀ ਪਊਗੀ। ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਬਰਾਸ ਬੈਂਡ ਕੀ ਸੀ, ਤਾਂ ਕਿਵੇਂ ਸ਼ਗਨਾਂ ਦੇ ਵਿੱਚ ਇਹਨੂੰ ਮਨਾਇਆ ਜਾਂਦਾ ਸੀ। ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼, ਮੈਂ ਜਸਬੀਰ ਸਿੰਘ ਛੀਨਾ, ਤਰਨ ਤਾਰਨ।